ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਰਮੇ ਦੀ ਜਿਹੜੀ ਸ਼ੁਰੂਆਤ ਹੈ ਚੁਗਾਈ ਦੀ ਉਹ ਹੋ ਗਈ ਹੈ, ਅਤੇ ਨਾਲ ਹੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਮੰਡੀਆਂ ਦੇ ਵਿੱਚ ਵੀ ਜਿਹੜਾ ਨਰਮੇ ਦੀ ਖਰੀਦ ਹੈ ਉਹ ਸ਼ੁਰੂ ਹੋ ਚੁੱਕੀ ਹੈ ਪਿਛਲੇ ਕੁਝ ਦਿਨਾਂ ਤੋਂ। ਸੋ ਆਪਾਂ ਇੱਕ ਵਾਰ ਫਿਰ ਜਿਹੜੇ ਮੰਡੀਆਂ ਦੇ ਭਾਅ ਨੇ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਕੀ ਭਾਅ ਰਹਿੰਦੇ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਅੱਜ ਅਬੋਹਰ ਮੰਡੀ ਦੀ, ਜਿੱਥੇ ਨਰਮੇ ਦਾ ਭਾਅ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਉਹ 7200 ਰੁਪਏ ਤੱਕ ਜਿਹੜਾ ਰਿਹਾ, 7000 ਤੋਂ ਲੈ ਕੇ 7200 ਰੁਪਏ ਤੱਕ ਜਿਹੜਾ ਪ੍ਰਤੀ ਕੁਇੰਟਲ ਨਰਮੇ ਦਾ ਭਾਅ ਰਿਹਾ ਸੀ। ਅਤੇ ਅੱਜ ਦੇਸ਼ ਦੀਆਂ ਹੋਰਨਾਂ ਮੰਡੀਆਂ ਦੀ ਗੱਲ ਕਰ ਲੈਂਦੇ ਹਾਂ ਆਪਾਂ, ਜਿਵੇਂ ਅਨੂਪਗੜ੍ਹ ਦੇ ਵਿੱਚ ਨਰਮੇ ਦਾ ਭਾਅ 7350 ਰੁਪਏ ਪ੍ਰਤੀ ਕੁਇੰਟਲ ਰਿਹਾ। ਇਸੇ ਤਰ੍ਹਾਂ ਹੀ ਜੇਕਰ ਨਰਮੇ ਦੀ ਗੱਲ ਕਰੀਏ ਵਿਜੇ ਨਗਰ ਦੇ ਵਿੱਚ, ਤਾਂ ਉੱਥੇ ਨਰਮੇ ਦਾ ਭਾਅ ਜਿਹੜਾ 7430 ਰੁਪਏ ਪ੍ਰਤੀ ਕੁਇੰਟਲ ਰਿਹਾ। ਰਾਜਸਥਾਨ ਦੀ ਸਵਾਨੀ ਮੰਡੀ ਦੇ ਵਿੱਚ ਨਰਮੇ ਦਾ ਭਾਅ 7700 ਰੁਪਏ ਪ੍ਰਤੀ ਕੁਇੰਟਲ, ਫਤਿਹਾਬਾਦ ਦੇ ਵਿੱਚ ਨਰਮੇ ਦਾ ਭਾਅ ਸੀ ਜਿਹੜਾ ਉਹ 7510 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ। ਇਸੇ ਤਰ੍ਹਾਂ ਹੀ ਆਪਾਂ ਗੱਲ ਕਰ ਲੈਂਦੇ ਹਾਂ ਫਤਿਹਾਬਾਦ ਦੇ ਵਿੱਚ ਕਪਾਹ ਦੀ, ਅਤੇ ਕਪਾਹ ਦਾ ਭਾਅ ਜਿਹੜਾ ਰਿਹਾ ਸੀ ਉਹ 8100 ਰੁਪਏ ਪ੍ਰਤੀ ਕੁਇੰਟਲ ਰਿਹਾ। ਸਰਸਾ ਦੇ ਵਿੱਚ ਨਰਮਾ ਸੀ ਜਿਹੜਾ ਉਹ 7000 ਰੁਪਏ ਤੋਂ ਲੈ ਕੇ 7525 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ। ਇਸੇ ਤਰ੍ਹਾਂ ਹੀ ਬਰਵਾਲਾ ਮੰਡੀ ਦੇ ਵਿੱਚ ਨਰਮਾ 7710 ਅਤੇ ਜ਼ਿਆਦਾ ਤੋਂ ਜ਼ਿਆਦਾ 20 ਰੁਪਏ ਪ੍ਰਤੀ ਕੁਇੰਟਲ ਰਿਹਾ। ਇਸੇ ਤਰ੍ਹਾਂ ਹੀ ਭੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾਅ 7250 ਰੁਪਏ ਪ੍ਰਤੀ ਕੁਇੰਟਲ ਰਿਹਾ ਸੀ, ਅਤੇ ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਭਾਅ 7450 ਰੁਪਏ ਪ੍ਰਤੀ ਕੁਇੰਟਲ ਜਿਹੜਾ ਰਿਹਾ ਸੀ ਜੀ। ਸੋ ਗੱਲ ਕਰ ਲੈਂਦੇ ਹਾਂ ਸਰ੍ਹੋਂ ਦੀ ਭਾਅ ਦੀ ਵੀ। ਸਰ੍ਹੋਂ ਦੇ ਭਾਅ ਦੇ ਵਿੱਚ ਅੱਜ ਨਰਮੇ ਦਾ ਸਰ੍ਹੋਂ ਦਾ ਭਾਅ ਜਿਹੜਾ ਰਿਹਾ, ਸਰ੍ਹੋਂ ਦਾ ਭਾਅ ਜਿਹੜਾ ਦੇਸ਼ ਦੀਆਂ ਵੱਖ ਵੱਖ ਮੰਡੀਆਂ ਦੇ ਵਿੱਚ ਗੱਲ ਕਰ ਲੈਂਦੇ ਹਾਂ ਕੀ ਰਿਹਾ, ਤਾਂ ਜੈਪੁਰ ਦੇ ਵਿੱਚ ਸਰ੍ਹੋਂ ਦਾ ਭਾਅ ਜਿਹੜਾ 6386 ਰੁਪਏ ਪ੍ਰਤੀ ਕੁਇੰਟਲ ਰਿਹਾ। ਬਰਵਾਲਾ ਮੰਡੀ ਦੇ ਵਿੱਚ 6300 ਰੁਪਏ, ਅਤੇ ਜੱਬਲਪੁਰ ਦੇ ਵਿੱਚ ਸਰ੍ਹੋਂ ਸੀ ਜਿਹੜੀ ਉਹ 5720 ਰੁਪਏ ਪ੍ਰਤੀ ਕੁਇੰਟਲ ਵਿਕੀ। ਇਸੇ ਤਰ੍ਹਾਂ ਹੀ ਮੁਰੈਨਾ ਮੰਡੀ ਦੇ ਵਿੱਚ ਜਿਹੜੀ ਸਰ੍ਹੋਂ ਸੀ ਉਹ 6150 ਰੁਪਏ ਪ੍ਰਤੀ ਕੁਇੰਟਲ, ਅਤੇ ਪੂਰਸਾ ਮੰਡੀ ਦੇ ਵਿੱਚ 6125 ਰੁਪਏ ਪ੍ਰਤੀ ਕੁਇੰਟਲ ਵਿਕੀ। ਇਸੇ ਤਰ੍ਹਾਂ ਹੀ ਗਵਾਲੀਅਰ ਦੀ ਗੱਲ ਕਰੀਏ ਤਾਂ ਇੱਥੇ ਜਿਹੜੀ ਸਰ੍ਹੋਂ ਸੀ ਉਹ 6500 ਰੁਪਏ ਪ੍ਰਤੀ ਕੁਇੰਟਲ, ਅਤੇ ਗੋਇਲ ਕੋਟਾ ਦੇ ਵਿੱਚ ਸਰ੍ਹੋਂ ਸੀ ਜਿਹੜੀ ਉਹ 6850 ਰੁਪਏ ਪ੍ਰਤੀ ਕੁਇੰਟਲ ਵਿਕੀ। ਹਿਸਾਰ ਦੇ ਵਿੱਚ ਗੱਲ ਕਰ ਲੈਂਦੇ ਹਾਂ, ਇੱਥੇ ਜਿਹੜੀ ਸਰ੍ਹੋਂ ਦਾ ਭਾਅ ਰਿਹਾ ਉਹ 6200 ਰੁਪਏ ਪ੍ਰਤੀ ਕੁਇੰਟਲ ਰਿਹਾ, ਅਤੇ ਖੈਰਥਾਲ ਦੇ ਵਿੱਚ ਸਰ੍ਹੋਂ ਸੀ ਜਿਹੜੀ ਉਹ 6700 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ। ਤਾਂ ਦੋਸਤੋ ਇਹ ਸੀ ਅੱਜ ਦੇ ਮੰਡੀਆਂ ਦੇ ਭਾਅ। ਸੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ, ਅਤੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਨਰਮਾ ਜਾਂ ਨਰਮੇ ਦੀ ਕੀ ਸਥਿਤੀ ਹੈ, ਅਤੇ ਕਿੰਨਾ ਕੁ ਜਿਹੜਾ ਨਰਮੇ ਦਾ ਝਾੜ ਆ ਉਹ ਪਹਿਲੀ ਚੋਣੀ ਦੇ ਵਿੱਚ ਨਿਕਲ ਰਿਹਾ, ਪਹਿਲੀ ਚੁਗਾਈ ਦੇ ਵਿੱਚ ਜਿਹੜਾ ਨਰਮੇ ਦਾ ਝਾੜ ਆ ਉਹ ਕੀ ਨਿਕਲ ਰਿਹਾ, ਅਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਜੀ। ਧੰਨਵਾਦ।